ਬਈ ਧਾਰਮਿਕ ਪੱਖੋਂ ਕਿੰਨਾ ਕੁ ਆਪਣਾ ਨਿੰਮ ਉਹ ਹੈ ਮੰਨਿਆ ਜਾਂਦਾ ਧਰਮ ਪੱਖੋਂ ਜੇ ਆਪਾਂ ਤੁਸੀਂ ਦੱਸੀ ਜਾਂਦੇ ਸੀਗੇ ਉਹ ਗੱਲ ਜਿਹੜੀ ਇੰਦਰ ਦੇਵਤੇ ਵਾਲੀ ਹੈ ਨਾ ਫਿਰ ਇੱਕ ਜਿਹੜਾ ਹਿੰਦੂ ਸਮਾਜ ਕਹਿ ਲਈਏ ਜਾਂ ਹਿੰਦੂ ਭਾਈਚਾਰੇ ਦੇ ਆਪਣੇ ਸੱਜਣ ਵੀਰ ਨੇ ਹੈ ਨਾ ਉਹ ਜਿਵੇਂ ਆਪਣਾ ਜਿਹੜਾ ਨਵਾਂ ਸਾਲ ਜਦੋਂ ਸ਼ੁਰੂ ਹੁੰਦਾ ਜਨਵਰੀ ਨਹੀਂ ਚੇਤਰ ਦਾ ਚੇਤ ਦਾ ਹੈ ਨਾ ਚੇਤਰ ਪ੍ਰਤੀਪਦ ਕਹਿੰਦੇ ਆ ਉਹਨੂੰ ਤਾਂ ਉਹ ਖਾਸ ਤੌਰ 'ਤੇ ਉਦੋਂ ਜਿਹੜੀ ਨਿੰਮ ਦੀ ਪੂਜਾ ਵੀ ਕਰਦੇ ਆ ਕੁਛ ਲੋਕ ਔਰ ਨਿੰਮ ਦੇ ਪੱਤੇ ਉਸ ਦਿਨ ਖਾਣੇ ਬੜੇ ਮਤਲਬ ਮੰਨਿਆ ਜਾਂਦਾ ਵੀ ਉਦੋਂ ਇਹਨਾਂ ਦੇ ਨਿੰਮ ਦੇ ਪੱਤਿਆਂ 'ਚ ਜਿਹੜੇ ਵੀ ਜਿਹੜਾ ਗੁਣ ਹੈ ਹੋਰ ਵੱਧ ਜਾਂਦੇ ਉਸ ਦਿਨ ਵੀ ਲੋਕ ਇਹ ਮੰਨਿਆ ਜਾਂਦਾ ਪੁਰਾਣੇ ਵੇਲੇ 'ਚ ਵੀ ਇਹਦਾ ਜਿਹੜਾ ਜਿਹੜੇ ਲੋਕ ਉਸ ਦਿਨ ਪੱਤੇ ਖਾਂਦੇ ਸੀ ਚੇਤਰ ਪ੍ਰਤੀ ਪਦ ਵਾਲੇ ਦਿਨ ਤਾਂ ਉਹ ਰੋਗ ਰਹਿੰਦੇ ਸੀ ਤਾਂ ਫਿਰ ਨਵੇਂ ਪੱਤੇ ਵੀ ਆਉਂਦੇ ਹੋਣਗੇ ਉਦੋਂ ਕਿਉਂਕਿ ਬਹਾਰ ਰੁੱਤ ਜੀ ਦਾ ਹਾਂ ਹਾਂ ਹੈ ਨਾ ਉਹ ਜਿਹੜੇ ਨਵੇਂ ਪੱਤੇ ਆ ਔਰ ਪੱਤਿਆਂ ਨੂੰ ਤਾਂ ਈਵਨ ਜਿਹੜੇ ਪੁਰਾਣੇ ਵੇਲਿਆਂ 'ਚ ਤਾਂ ਜਿਵੇਂ ਹੁਣ ਆਪਾਂ ਬੈਠੇ ਹਾਂ ਅਤੇ ਉਹ ਲੋਕ ਵੀ ਉਹੀ ਬੈਠੇ ਦਾ ਪੱਤਾ ਖਾ ਜਾਂਦੇ ਸੀ ਵੀ ਰੋਜ਼ ਪੰਚਾ ਖੂਨ ਸਾਫ਼ ਬਜ਼ੁਰਗ ਸਾਡੇ ਮੰਨਦੇ ਹੁੰਦੇ ਸੀ ਵੀ ਜਿਹੜੇ ਨਿੰਮ ਦੇ ਪੱਤੇ ਖਾਣ ਨਾਲ ਸਾਡਾ ਖੂਨ ਸਾਫ਼ ਹੁੰਦਾ ਅਤੇ ਉਹ ਇਸ ਕਰਕੇ ਇਹ ਈਵਨ ਜਿਹੜਾ ਮਹਾਰਾਸ਼ਟਰ ਦੇ ਵਿੱਚ ਜਾਂ ਜਿਹੜੇ ਤਾਮਿਲ ਲੋਕ ਨੇ ਹੈ ਨਾ ਤਮਿਲੀਅਨ ਨੇ ਉਹ ਵੀ ਉਹ ਤਾਂ ਤਿਉਹਾਰ ਮਨਾਉਂਦੇ ਆ ਚਿੱਤਰ ਪ੍ਰਤੀ ਵਾਲੇ ਦਿਨ ਅਤੇ ਬੜਾ ਕੁਛ ਕੀਤਾ ਜਾਂਦਾ ਤਿੱਥ ਤਿਉਹਾਰ ਨੇ ਉਹਦੇ ਵਿੱਚ ਇਹਦੇ ਪੱਤੇ ਯੂਜ਼ ਹੁੰਦੇ ਆ ਸੋ ਸਾਡੇ ਇਹਦਾ ਸੰਬੰਧ ਕਾਫ਼ੀ ਇਤਿਹਾਸ ਇਤਿਹਾਸ ਕਾਫ਼ੀ ਹੈ ਬਈ ਜਿਹੜੀ ਆਪਾਂ ਤਰਵੈਣੀ ਲਾਉਣੀ ਆ ਹੈ ਨਾ ਉਹਦੇ 'ਚ ਵੀ ਇਹ ਦੇਖੋ ਇਹਦਾ ਮੁੱਖ ਉਹ ਆਏ ਵੀ ਇਹ ਵੀ ਇਹਨੂੰ ਲਿਆਂਦਾ ਗਿਆ ਤਰਵੈਣੀ 'ਚ ਤਿੰਨ ਰੁੱਖਾਂ ਸਿਰ ਹਾਂ ਪਰ ਤਰਵੇਣੀ ਬਾਬੇ ਤਾਂ ਚਲੋ ਅੱਜ ਬੜਾ ਸੋਹਣਾ ਮੌਕਾ ਮਿਲਿਆ ਵੀ ਮੈਂ ਬੋਲਾਂ ਇਸ ਪਲੇਟਫਾਰਮ 'ਤੇ ਹੈ ਨਾ ਵੀ ਬਹੁਤ ਜ਼ਿਆਦਾ ਲੋਕ ਤਰਵੇਣੀ ਲਾਉਣਾ ਲਾਉਂਦੇ ਆ ਔਰ ਤਰਵੇਣੀ ਲਾਉਣਾ ਬੜਾ ਪੁੰਨ ਦਾ ਕੰਮ ਆ ਕਿਉਂਕਿ ਬੇਸਿਕਲੀ ਨਾ ਤਰਵੇਣੀ ਦੇ ਵਿੱਚ ਤਿੰਨ ਰੁੱਖ ਲਾ ਜਾਂਦੇ ਆ ਪਿੱਪਲ ਬੋੜ ਅਤੇ ਨਿੰਮ ਇਹ ਤਿੰਨੋਂ ਹੀ ਬੇਹੱਦ ਗੁਣਕਾਰੀ ਅਤੇ ਸਾਡੇ ਲਈ ਲਾਭਦਾਇਕ ਰੁੱਖ ਨੇ ਪਰ ਅਨਫੋਰਚੁਨੇਟਲੀ ਇਹ ਪਤਾ ਨਹੀਂ ਕਈ ਚੀਜ਼ਾਂ ਜਿਵੇਂ ਸਮੇਂ ਦੇ ਸਮੇਂ ਕਿਵੇਂ ਸਾਡੇ ਕੋਲ ਅੱਗੇ ਦੀ ਅੱਗੇ ਆਈ ਗਈਆਂ ਵੀ ਲੋਕ ਇੱਕ ਬਹੁਤ ਜ਼ਿਆਦਾ ਲੋਕ ਜੋ ਤਰਵੇਣੀ ਲਾਉਂਦੇ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਤਰਵੇਣੀ ਦਾ ਮਤਲਬ ਵੀ ਇਕੱਠੇ ਇੱਕੋ ਟੋਏ 'ਚ ਹੀ ਲਾਉਣੇ ਆ ਉਹ ਜੇ ਤੁਸੀਂ ਪੁਰਾਣੀ ਲੱਗੀ ਤਰਵੇਣੀ ਪੁਰਾਣੀ ਤੋਂ ਭਾਵ ਆਏ ਨਹੀਂ ਵੀ 100 ਸਾਲ ਜੇ ਜਿਹਨੇ ਜੇ ਕਿਸੇ ਨੇ ਜਿਵੇਂ ਲੋਕ ਹੁਣ ਅੱਜ ਕੱਲ੍ਹ ਰੁੱਖ ਬੂਟੇ ਲਾਉਂਦੇ ਆ ਹੈ ਨਾ ਜੇ ਤੁਸੀਂ 20 ਸਾਲ ਪੁਰਾਣੀ ਵੀ ਤਰਵੇਣੀ ਕਿਤੇ ਲੱਗੀ ਦੇਖ ਲਓ ਤਾਂ ਜਿਹੜੇ ਪਿੱਪਲ ਅਤੇ ਬੋਰਡ ਨੇ ਇਹ ਦੋਨੇ ਬਹੁਤ ਜਿਹੜੇ ਹੈਗੇ ਆ ਇਹਨਾਂ ਦੀਆਂ ਜੜ੍ਹਾਂ ਅਤੇ ਜਿਹੜੇ ਇਹਦੇ ਏਰੀਅਲ ਰੂਟਸ ਜਿਹਨੂੰ ਹਵਾਈ ਜੜ੍ਹਾਂ ਜਿਹੜੀਆਂ ਖਾਸ ਕਰਕੇ ਬੋਰਡ ਦੀਆਂ ਹੁੰਦੀਆਂ ਹੈ ਨਾ ਇਹ ਦੱਬ ਲੈਂਦੀਆਂ ਨੇ ਅਤੇ ਜਦੋਂ ਇਹ ਅਸੀਂ ਇੱਕੋ ਟੋਏ ਚਲਾ ਦਿੰਦੇ ਹਾਂ ਤਾਂ ਉਹ ਹੁੰਦਾ ਕੀ ਆ ਕਿ ਵੀ ਸਭ ਤੋਂ ਪਹਿਲਾਂ ਨਿੰਮ ਮਰਦੀ ਆ ਫਿਰ ਉਹ ਪਿੱਪਲ ਅਤੇ ਬੋਰਡ ਜਿਹਨੂੰ ਜ਼ਿਆਦਾ ਧੁੱਪ ਅਤੇ ਜ਼ਿਆਦਾ ਮਤਲਬ ਹਵਾ ਮਿਲਦੀ ਆ ਜਾਂ ਜਿੱਧਰ ਜਿਹਨੂੰ ਜ਼ਿਆਦਾ ਸਪੇਸ ਮਿਲ ਜਾਂਦਾ ਉਹ ਜ਼ਿਆਦਾ ਹਾਲਾਂਕਿ ਪਿੱਪਲ ਜ਼ਿਆਦਾ ਡੋਮੀਨੇਟ ਕਰ ਜਾਂਦਾ ਅਕਸਰ ਹੀ ਉਹਦੀ ਗਰੋਥ ਥੋੜ੍ਹੀ ਫਾਸਟ ਹੁੰਦੀ ਆ ਅਤੇ ਬਟ ਉਹ ਕਈ ਥਾਵਾਂ 'ਤੇ ਦੂਸਰਾ ਵੀ ਹੋ ਜਾਂਦਾ ਜੇ ਕਿਤੇ ਧੁੱਪ ਵਾਲੇ ਪਾਸਾ ਜਾਂ ਖੁੱਲ੍ਹਾ ਪਾਸਾ ਬੋਰਡ ਨੂੰ ਮਿਲ ਜਾਂਦਾ ਫਿਰ ਉਹ ਆਪਸ 'ਚ ਕੰਪੀਟ ਕਰਦੇ ਰਹਿੰਦੇ ਆ ਤੋਂ ਬਟ ਜੇ ਤਰਵੀਨੀ ਲਾਉਣੀ ਆ ਤਾਂ ਘੱਟੋ ਘੱਟ ਉਹਨਾਂ ਦੇ ਵਿੱਚ ਇਹਨਾਂ ਰੁੱਖਾਂ ਦੇ ਵਿੱਚ ਹੁਣ ਫਾਇਦਾ ਵੀ ਹੁਣ ਮੰਨ ਲਓ ਆਪਾਂ ਇੱਥੇ ਇੱਕ ਵੱਡੇ ਪਾਰਕ ਨੂੰ ਪਲੇ ਗਰਾਊਂਡ ਟਾਈਪ 'ਚ ਆਪਾਂ ਬੈਠੇ ਹੋਏ ਹਾਂ ਅਤੇ ਆਪਾਂ ਟੋਏ ਚਲਾਉਣ ਦੀ ਬਜਾਏ ਜੇ 40-40 50-50 ਫੁੱਟ 'ਤੇ ਤਿੰਨੇ ਬੂਟੇ ਲਾਵਾਂਗੇ ਤਿੰਨੇ ਵਧਣਗੇ ਫੁੱਲਣਗੇ ਔਰ ਤਿੰਨਾਂ ਦਾ ਫਾਇਦਾ ਵੀ ਹੋਊਗਾ ਸੋ ਇਸ ਕਰਕੇ ਤਰਵੇਣੀ ਇਹ ਲਾਉਣ ਦਾ ਕਾਰਜ ਬਹੁਤ ਵਧੀਆ ਬਟ ਇਹਨੂੰ ਤਰੀਕੇ ਨਾਲ ਲਾਉਣਾ ਚਾਹੀਦਾ